ਜੇਕਰ ਤੁਸੀਂ ਵੀ ਨਵੇਂ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਸੂਬਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਦੇ ਅਨੁਸਾਰ ਨਵੀਆਂ ਗੱਡੀਆਂ ਤੇ ਹੁਣ ਟੈਕਸ ਵਧਾ ਦਿੱਤੇ ਗਏ ਨੇ। ਜੇਕਰ ਤੁਸੀਂ ਨਵੀਂ ਗੱਡੀ ਜਾਂ ਵਾਹਨ ਲੈਣ ਲੱਗੇ ਹੋ ਤਾਂ ਤੁਹਾਡੇ ਤੇ ਟੈਕਸ ਜ਼ਿਆਦਾ ਲੱਗੇਗਾ। ਨਵੀਂ ਗੱਡੀ ਲੈਣ ਤੇ ਟੈਕਸ ਲੱਗੇਗਾ ਤਾਂ ਇਸ ਦੇ ਅਨੁਸਾਰ ਜੋ ਹੈ 1 ਲੱਖ ਤੋਂ 2 ਲੱਖ ਦੇ ਵਿਚਕਾਰ ਜੋ ਗੱਡੀਆਂ ਨੇ ਜੋ 2 ਪਹੀਆ ਵਾਹਨ ਨੇ ਜੇਕਰ ਤੁਸੀਂ ਲੈਣੇ ਹੋ ਤਾਂ ਉਸ ਦੀ ਆਰਸੀ ਉਸਾਰੀ ਦੇ ਲਈ ਜੋ ਤੁਹਾਡੇ ਤੇ 10% ਦਾ ਟੈਕਸ ਲੱਗੇਗਾ। ਇਸ ਦੇ ਇਲਾਵਾ ਜੇਕਰ ਗੱਲ ਕਰੀਏ 2 ਪਹੀਆ ਵਾਹਨ ਜੋ ਨੇ ਜਿਨ੍ਹਾਂ ਦੀ ਰਕਮ ਜੋ ਹੈ 1 ਲੱਖ ਤੋਂ ਘੱਟ ਦੀ ਹੈ ਤਾਂ ਉਸ ਦੀ ਆਰਸੀ ਉਸਾਰੀ ਦੇ ਲਈ ਤੁਹਾਡੇ ਤੇ 7.5% ਦਾ ਟੈਕਸ ਲੱਗੇਗਾ। ਦੱਸਦੇ ਕਿ ਇਹ ਜੋ ਹੁਕਮ ਨੇ ਇਹ ਤੁਰੰਤ ਪ੍ਰਭਾਵ ਦੇ ਨਾਲ ਜਾਰੀ ਕਰ ਦਿੱਤੇ ਗਏ ਨੇ। ਟਰਾਂਸਪੋਰਟ ਵਿਭਾਗ ਵੱਲੋਂ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਹੁਣ ਜੋ ਵੀ ਨਵੇਂ ਵਾਹਨ ਖਰੀਦੇਗਾ ਉਸ ਤੇ ਇਹ ਟੈਕਸ ਲੱਗੇਗਾ। ਟੈਕਸ ਸਲੈਬ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਇਹ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਚੁੱਕਿਆ ਹੈ ਤੇ ਦੱਸਦੀ ਕਿ ਜੇਕਰ ਜੋ ਨਵੇਂ ਵਾਹਨ ਨੇ 2 ਪਹੀਆ ਵਾਹਨ ਨੇ ਜਿਨ੍ਹਾਂ ਦੀ ਕੀਮਤ 2 ਲੱਖ ਤੋਂ ਜ਼ਿਆਦਾ ਹੋਵੇਗੀ ਉਸ ਤੇ 11% ਟੈਕਸ ਲੱਗੇਗਾ। ਇਸੇ ਤਰ੍ਹਾਂ ਪ੍ਰਾਈਵੇਟ 4 ਪਹੀਆ ਵਾਹਨਾਂ ਤੇ ਵੀ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਗਿਆ ਹੈ। 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ 4 ਪਹੀਆ ਵਾਹਨਾਂ ਤੇ 9.5% ਦੀ ਦਰ ਨਾਲ ਮੋਟਰ ਵਾਹਨ ਟੈਕਸ ਲਗਾਇਆ ਜਾਵੇਗਾ। 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ 4 ਪਹੀਆ ਵਾਹਨਾਂ ਤੇ 12% ਅਤੇ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ 4 ਪਹੀਆ ਵਾਹਨਾਂ ਤੇ 13% ਦੀ ਦਰ ਨਾਲ ਮੋਟਰ ਵਾਹਨ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜੋ 1% ਸੈਸ ਪਹਿਲਾਂ ਤੋਂ ਲਗਾਇਆ ਜਾ ਰਿਹਾ ਸੀ ਉਸ ਦਾ ਵੀ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੋਈ ਵੀ ਪ੍ਰਾਈਵੇਟ ਵਾਹਨ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਹੋ ਸਕਦਾ ਹੈ।